पंजाब वन प्रेजेंट खास मुलाकात। ਸਤਿ ਸ਼੍ਰੀ ਅਕਾਲ, ਮੈਂ ਹਾਂ ਜਤਿੰਦਰ ਸਿੰਘ ਜੀਤੂ ਅਤੇ ਪੰਜਾਬ ਵੰਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਾਸ ਮੁਲਾਕਾਤ, ਅਤੇ ਖਾਸ ਮੁਲਾਕਾਤ ਕਰਨ ਵਾਸਤੇ ਅੱਜ ਸਾਡੇ ਦਰਮਿਆਨ ਬਹੁਤ ਵੱਡੀ ਸ਼ਖਸੀਅਤ ਪਹੁੰਚੀ ਹੈ ਜੀ, ਖਾਸ ਕਰਕੇ ਮੁੰਬਈ ਦੀ ਮਾਇਆ ਨਗਰੀ ਤੋਂ। ਉਹਨਾਂ ਦਾ ਨਾਮ ਹੈ ਨਰਿੰਦਰ ਸਿੰਘ ਅਤੇ ਉਹ ਬਾਏ ਪ੍ਰੋਫੈਸ਼ਨਲ ਪਲਾਸਟਿਕਸ ਦੇ ਵਿੱਚ ਇੰਜੀਨੀਅਰ ਨੇ ਅਤੇ ਦਾਦਰ ਸੇਵਕ ਜਥਾ ਉਹ ਇੱਕ ਸੰਸਥਾ ਵਾ ਉਹਦੇ ਵਿੱਚ ਮੁੱਖ ਸੇਵਾ ਵੀ ਨਿਭਾ ਰਹੇ ਨੇ ਜੀ। ਨਰਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਸਟੂਡੀਓ ਵਿੱਚ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤੁਸੀਂ ਜੰਮੇ ਪੱਲੇ ਕਿੱਥੇ ਔਰ ਮੁੱਢਲੀ ਸਿੱਖਿਆ ਜਿਹੜੀ ਉਹ ਕਿੱਥੋਂ ਪ੍ਰਾਪਤ ਕੀਤੀ? ਜੰਮੇ ਪੱਲੇ ਜੀ, ਮੈਂ ਬੰਬੇ ਵਿੱਚ ਹੀ ਹਾਂ, ਉੱਥੇ ਹੀ ਜਨਮ ਹੋਇਆ ਸੀ। ਇਨਫੈਕਟ ਗ੍ਰੈਂਡਫਾਦਰ ਦੇ ਟਾਈਮ ਤੋਂ ਹੀ ਅਸੀਂ ਉੱਥੇ ਸੈਟਲ ਹਾਂ। ਮੇਰੇ ਗ੍ਰੈਂਡਫਾਦਰ ਪੰਜਾਬ ਤੋਂ ਹੀ ਸ਼ਿਫਟ ਹੋ ਕੇ ਇੰਡੀਅਨ ਨੇਵੀ ਵਿੱਚ ਕਾਫੀ ਅਰਸਾ ਉਹਨਾਂ ਨੇ ਓਵਰ 40 ਈਅਰਸ ਉੱਥੇ ਸਰਵਿਸ ਕੀਤੀ ਜੀ, ਬ੍ਰਿਟਿਸ਼ ਰਾਜ ਦੇ ਅੰਡਰ। ਅਤੇ ਇਹਨਾਂ ਉਹਨਾਂ ਦੀ ਲਾਈਕ ਸਰਵਿਸ ਤੋਂ ਖੁਸ਼ ਹੋ ਕੇ ਬ੍ਰਿਟਿਸ਼ ਰਾਜ ਵੱਲੋਂ ਵਾਈਸ ਰੋਏ ਆਫ ਬ੍ਰਿਟਿਸ਼ ਐਮਪਾਇਰ ਨੇ ਉਹਨਾਂ ਨੂੰ ਸਰਦਾਰ ਸਾਹਿਬ ਦਾ ਖਿਤਾਬ ਵੀ ਦਿੱਤਾ ਸੀ। ਹਾਂਜੀ, ਅਤੇ ਉਹ ਦਾਦਾ ਜੀ ਇੱਧਰੋਂ ਪੰਜਾਬ ਤੋਂ ਹੋਰ ਕਾਫੀ ਸਾਰਿਆਂ ਨੂੰ ਉੱਥੇ ਲੈ ਗਏ ਸੀ, ਨੌਕਰੀਆਂ ਦਵਾਈਆਂ ਉੱਥੇ। ਅਤੇ ਫਿਰ ਫਾਦਰ ਦਾ ਜਨਮ ਵੀ ਉੱਥੇ ਹੋਇਆ, ਅਸੀਂ ਵੀ ਉੱਥੇ ਐਜੂਕੇਸ਼ਨ ਵਗੈਰਾ ਟੋਟਲੀ ਸਾਡੀ ਬੰਬੇ ਦੇ। ਪੰਜਾਬ ਦੇ ਕਦੀ ਕਦੀ ਵਿਆਹ ਸ਼ਾਦੀਆਂ ਦੇ ਚੱਕਰ ਬਹੁਤ ਘੱਟ ਲੱਗੇ ਨੇ, ਅਦਰਵਾਈਜ਼ ਸਾਰਾ ਜੋ ਵੀ ਐਜੂਕੇਸ਼ਨ ਸਾਰੀ ਉੱਥੇ, ਨੌਕਰੀਆਂ ਜੋ ਵੀ ਹੈਗਾ ਸਰਵਿਸ ਐਵਰੀਥਿੰਗ ਬੰਬੇ ਵਿੱਚ ਹੀ ਰਿਹਾ। ਜੀ, ਗੱਲ ਕਰਦੇ ਹਾਂ ਜੀ, ਜਿਹੜਾ ਤੁਸੀਂ ਪਲਾਸਟਿਕਸ ਦੇ ਵਿੱਚ ਇੰਜੀਨੀਅਰ ਹੈਗੇ ਹੋ ਜੀ, ਅਤੇ ਉਹ ਕਿਸ ਤਰ੍ਹਾਂ ਦੇ ਕਾਰੋਬਾਰ ਦੇ ਵਿੱਚ, ਉਸ ਤਰ੍ਹਾਂ ਦੇ ਕਾਰੋਬਾਰ ਕਿਸ ਤਰ੍ਹਾਂ ਦਾ ਜਿਹੜਾ ਕੰਮ ਚੱਲਦਾ? ਮੇਰੀ SSC ਮੈਂ ਪਾਸ ਕੀਤੀ ਸੀ 1975, ਅਤੇ ਉਹਨਾਂ ਦਿਨਾਂ ਵਿੱਚ ਡਿਪਲੋਮਾ ਇਨ ਪਲਾਸਟਿਕਸ ਇੰਜੀਨੀਅਰਿੰਗ ਇਹ ਪਹਿਲੀ ਵਾਰੀ ਸ਼ੁਰੂ ਹੋਇਆ ਸੀ ਇੰਡੀਆ ਵਿੱਚ ਇਹ ਕੋਰਸ। ਅਤੇ ਬਾਕੀ ਸਾਇੰਸ ਉਹ ਮਕੈਨੀਕਲ ਇੰਜੀਨੀਅਰਿੰਗ, ਇਲੈਕਟ੍ਰੀਕਲ, ਇਲੈਕਟ੍ਰੋਨਿਕ, ਸਿਵਲ ਇੰਜੀਨੀਅਰਿੰਗ ਅਤੇ ਸਭ ਪੁਰਾਣੀਆਂ ਚੱਲਦੀਆਂ ਸੀ। ਦਿਸ ਵਾਜ਼ ਸਮਥਿੰਗ ਨਿਊ, ਸੋ ਇੱਛਾ ਸੀ ਕਿ ਕੁਝ ਨਵਾਂ ਅਸੀਂ, ਵੈਸੇ ਵੀ ਸੀ ਕਿ ਪਲਾਸਟਿਕ ਦੀ ਸਕੋਪ ਬਹੁਤ ਹੈ, ਅਤੇ ਇਸ ਕਰਕੇ ਫਿਰ ਮੈਂ ਉਹ 4 ਸਾਲਾਂ ਦਾ ਕੋਰਸ ਕੀਤਾ। ਉਹ ਉਸ ਤੋਂ ਬਾਅਦ ਤਕਰੀਬਨ 20-22 ਸਾਲਾਂ ਦਾ ਟੋਟਲ ਐਕਸਪੀਰੀਅੰਸ ਮੇਰਾ ਉਸ ਵਿੱਚ। ਮੈਂ ਸ਼ੁਰੂਆਤ ਕੀਤੀ ਐਜ਼ ਅ ਸ਼ਿਫਟ ਸੁਪਰਵਾਈਜ਼ਰ ਜੀ, ਅਤੇ 20-22 ਸਾਲ ਵਿੱਚ ਆਈ ਮੂਵਡ ਔਨ ਟੂ ਦੀ ਪੋਜੀਸ਼ਨ ਆਫ ਵਰਕਸ ਮੈਨੇਜਰ। ਨੈਰੋਬੀ ਵਿੱਚ ਮੈਨੂੰ ਜੋਬ ਮਿਲ ਗਿਆ ਸੀ, ਅੱਛਾ 150 ਬੰਦਾ ਸੀ, ਅਤੇ ਆਈ ਵਾਜ਼ ਦੇ ਐਜ਼ ਅ ਵਰਕਸ ਮੈਨੇਜਰ ਕਰੀਬਨ 9-10 ਸਾਲ। ਬੜਾ ਅੱਛਾ ਲੱਗਾ ਸਾਨੂੰ ਪੂਰੀ। ਸੋ ਇਹ ਮੇਰੇ ਕਰੀਅਰ ਵਿੱਚ ਇਹ ਜੋ ਗਰੋਥ ਇਸ ਤਰ੍ਹਾਂ ਰਹੀ, ਸੋ ਜੀ ਇਟ ਵਾਜ਼ ਗੁੱਡ, ਉਹ ਅੱਛਾ ਐਕਸਪੀਰੀਅੰਸ। ਬਿਲਕੁਲ ਬਿਲਕੁਲ, ਕਿਉਂਕਿ ਲੱਗਦਾ ਵੀ ਹੈ ਕਿ ਜਦੋਂ ਤੁਹਾਡੀਆਂ ਗੱਲਾਂ ਤੋਂ ਵੀ ਉਹ ਜਿਹੜੀ ਪੋਜ਼ਿਟਿਵਿਟੀ ਝਲਕਦੀ ਹੈ। ਔਰ ਮੈਂ ਹੁਣ ਆਉਣਾ ਵਾਂ ਆਪਣੀ ਗੱਲ 'ਤੇ, ਜਿੱਥੇ ਅਸੀਂ ਜਿਸ ਵਜ੍ਹਾ ਨਾਲ ਅੱਜ ਅਸੀਂ ਇਕੱਤਰ ਹੋਏ ਹਾਂ, ਕਿ ਜਿਹੜਾ ਤੁਸੀਂ ਦਾਦਰ ਹਾਂਜੀ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਕਰ ਰਹੇ ਹੋ, ਔਰ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਉਪਰਾਲਾ ਜਿਹੜਾ ਤੁਸੀਂ ਕਰ ਰਹੇ ਹੋ ਐਜੂਕੇਸ਼ਨ ਨੂੰ ਲੈ ਕੇ ਖਾਸ ਕਰਕੇ? ਮੈਂ ਥੋੜ੍ਹਾ ਜਿਹਾ ਸੇਵਕ ਜਥਾ ਦਾਦਰ ਬਾਰੇ ਹਾਂਜੀ ਬਿਲਕੁਲ ਬੁਨਿਆਦੀ ਗੱਲਾਂ ਦੱਸ ਦਵਾਂ। ਸੇਵਕ ਜਥਾ ਦਾਦਰ ਦੀ ਹੋਂਦ ਕਰੀਬਨ 60 ਸਾਲ ਪਹਿਲਾਂ ਹੋਈ, ਅਤੇ ਮੁੰਬਈ ਦੀ ਕੇਂਦਰੀ ਸੰਸਥਾ ਹੈਗੀ ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ ਮੁੰਬਈ ਜੀ, ਜੋ ਸਾਡੀ ਜਥੇ ਦੀ ਵੀ ਪੇਰੈਂਟ ਬੋਡੀ ਹੈ ਜੀ। ਸਿੱਖਾਂ ਦੀ ਵੀ ਉਹ ਹਰ ਪੱਖੋਂ ਨੂੰ ਸੋਸ਼ਲ ਲੈ ਲਓ, ਇਕਨੋਮਿਕ, ਲੀਗਲ ਫਰੰਟ 'ਤੇ ਸਾਡੀ ਨੁਮਾਇੰਦਗੀ ਕਰਦੀ ਸਿੱਖਾਂ ਦੀ, ਰੈਪ੍ਰਜੈਂਟੇਟਿਵ ਬੋਡੀ। ਅਤੇ ਅਸੀਂ ਵੀ ਉਹਨਾਂ ਦੀ ਸਹਾਇਤਾ ਨਾਲ ਸਾਡੀ ਸਥਾਪਨਾ ਹੋਈ ਸੀ। ਅਤੇ ਸਾਡੀਆਂ ਮੁੱਖ ਸੇਵਾਵਾਂ ਜੋ ਉਦੋਂ ਸਨ ਅਤੇ ਹਾਲੇ ਵੀ ਚੱਲ ਰਹੀਆਂ ਨੇ, ਸਾਡੀਆਂ ਚੱਲ ਰਹੀਆਂ ਮੁੱਖ ਸੇਵਾਵਾਂ ਵਿੱਚ ਹੈ, ਤੁਸੀਂ ਬੰਬੇ ਜਿਸ ਤਰ੍ਹਾਂ ਕਿ ਮਾਂ ਨਗਰੀ, ਉੱਥੇ ਕੁਝ ਚੀਜ਼ਾਂ ਵੱਖ ਹੀ ਹੁੰਦੀਆਂ। ਅਸੀਂ 3 ਗੁਰਪੁਰਬ ਕੇਂਦਰੀ ਤੌਰ 'ਤੇ ਮਨਾਉਂਦੇ ਹਾਂ ਇੱਥੇ। ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਅਤੇ ਵਿਸਾਖੀ। ਇਹ 3 ਜੋ ਪੁਰਬ ਹੈਗੇ ਨੇ, ਇਹ ਵੱਡਾ ਗਰਾਊਂਡ ਹੈ ਘਾਟਕੋਪਰ ਜੀ, ਉੱਥੇ ਸਾਰੀ ਬੰਬੇ ਦੀਆਂ ਸੰਗਤਾਂ ਉੱਥੇ ਇਕੱਠੀਆਂ ਹੁੰਦੀਆਂ, ਅਤੇ ਅਬਾਊਟ 40,000-40,000 ਤੱਕ ਹੋ ਜਾਂਦਾ ਇਕੱਠ। ਸੋ ਅਜਿਹੇ ਇਕੱਠਾਂ 'ਤੇ ਫਿਰ ਸਾਡੀ ਲੰਗਰ ਬਣਾਉਣਾ, ਇਹ ਸਾਡੀ ਮੁੱਖ ਸੇਵਾ, ਲੰਗਰ ਬਣਾਉਣਾ, ਵਰਤਾਉਣਾ, ਕੜਾਹ ਪ੍ਰਸ਼ਾਦ ਬਣਾਉਣਾ, ਵਰਤਾਉਣਾ, ਫਿਰ ਮਹਾਰਾਜ ਦੀ ਹਜ਼ੂਰੀ ਸ੍ਰੀ ਸਾਹਿਬ ਲੈ ਕੇ ਤਾਬਿਆਂ 'ਤੇ ਖੜ੍ਹੇ ਰਹਿਣ ਦੀ ਸੇਵਾ, ਜੋੜਿਆਂ ਦੀ ਸੇਵਾ, ਅਤੇ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਤੋਂ ਸਾਨੂੰ ਦੋ ਵਾਰੀ ਸਾਡੀ ਸੇਵਾ ਲੱਗਦੀ ਹੋਲਾ ਮਹੱਲਾ ਅਤੇ ਦੁਸਹਿਰੇ 'ਤੇ, ਕਿਉਂਕਿ ਦੇਸ਼ ਵਿਦੇਸ਼ਾਂ ਤੋਂ ਕਾਫੀ ਸੰਗਤ ਆਉਂਦੀ ਅਤੇ ਉੱਥੇ ਵੀ ਸਾਡੀਆਂ ਡਿਊਟੀਆਂ ਲੱਗਦੀਆਂ, ਲਾਈਨਾਂ ਲਗਵਾਉਂਦੀਆਂ, ਪ੍ਰਸ਼ਾਦ ਕਾਊਂਟਰ 'ਤੇ ਲੰਗਰ ਅਤੇ ਤਿਆਰ ਕਰਨਾ ਵਰਤਾਉਣਾ, ਸੋ ਇਹ ਤਾਂ ਸਾਡੇ ਫਿਕਸਡ ਹੈ। ਅਤੇ ਪਲੱਸ ਗੁਰਦੁਆਰਾ ਗੁਪਤਸਰ ਮਨਮਾੜ ਵਿਖੇ, ਉਹ ਵੀ ਇਤਿਹਾਸਿਕ ਗੁਰਦੁਆਰਾ ਹੈ, ਉੱਥੇ ਵੀ ਹਰ ਸਾਲ ਸਾਲਾਨਾ ਜੋੜ ਮੇਲਾ ਹੁੰਦਾ ਲਾਸਟ ਸੰਡੇ ਆਫ ਡਿਸੰਬਰ ਦਾ, ਉੱਥੇ ਸਾਡੇ ਪੰਜ ਪਿਆਰਿਆਂ ਦੀ ਸੇਵਾ ਲੱਗਦੀ ਅਤੇ ਲੰਗਰ ਬਣਾਉਣ ਦੀ, ਸੋ ਇਹ ਸਾਡੀਆਂ ਮੁੱਖ ਸੇਵਾ ਜੋ ਅਸੀਂ ਹਾਲੇ ਵੀ ਸਾਡੀ ਚੱਲ ਰਹੀਆਂ ਨੇ। ਬੇਸਿਕਲੀ ਦਾਸ ਦੀ ਡਿਊਟੀ ਉਹਨਾਂ ਨੇ ਲਗਾਈ ਐਜ਼ ਐਨ ਐਜੂਕੇਸ਼ਨ ਕਨਵੀਨਰ, ਕਿਉਂਕਿ ਮੈਂ ਉੱਥੇ ਹੀ ਆਉਣ ਲੱਗਾ ਸੀ, ਕਿਉਂਕਿ ਇਹੋ ਜਿਹੀਆਂ ਸੇਵਾਵਾਂ ਅਕਸਰ ਦੇਖਿਆ ਜਾਂਦਾ ਕਿ ਲੋਕਾਂ ਵੱਲੋਂ ਬੜਾ ਇੱਕ ਪ੍ਰਚਾਰ ਵੀ ਕੀਤਾ ਜਾ ਰਿਹਾ ਕਿ ਗੁਰਦੁਆਰਿਆਂ ਵਿੱਚ ਆਲਰੇਡੀ ਲੰਗਰ ਦਾ ਭੰਡਾਰ ਲੱਗ ਰਿਹਾ ਵਾ, ਗਰੀਬਾਂ ਵਾਸਤੇ ਕੀ ਕਰ ਰਹੇ ਹਾਂ, ਐਜੂਕੇਸ਼ਨ ਲਈ ਕੀ ਕਰ ਰਹੇ ਹਾਂ, ਸਿਹਤ ਲਈ ਕੀ ਕਰ ਰਹੇ ਹਾਂ, ਵੀ ਸਿੱਖ ਅਤੇ ਮੁੱਢਲੀ ਸਹਾਇਤਾ ਦੇ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਾਂ, ਅਤੇ ਤੁਸੀਂ ਐਜੂਕੇਸ਼ਨ ਨੂੰ ਲੈ ਕੇ ਨਵਾਂ ਕੀ ਕਰ ਰਹੇ ਹੋ? ਸਨ 2007 ਵਿੱਚ ਜਦੋਂ ਸਾਨੂੰ 50 ਸਾਲ ਹੋਏ ਨਾ, ਅਤੇ ਉਦੋਂ ਸਾਡੇ ਕਮੇਟੀ ਮੈਂਬਰਸ ਨੇ ਸੋਚਿਆ ਕਿ ਹੁਣ ਅਸੀਂ 50 ਸਾਲ ਸਾਡੇ ਹੋ ਗਏ ਨੇ, ਅਸੀਂ ਕਿਸ ਤਰ੍ਹਾਂ ਮਨਾਈਏ, ਅਤੇ ਅਸੀਂ ਜਿਸ ਤਰ੍ਹਾਂ ਮਖੌਲ ਕਰਦੇ, ਚਲੋ ਕੇਕ ਕੱਟੀਓ, ਅਤੇ ਐਵੇਂ ਚਲੋ ਮਜ਼ਾਕ ਹੀ ਕਰ ਰਹੇ ਸੀ, ਅਤੇ ਵੈਸੇ ਸੀਰੀਅਸਲੀ ਸੋਚ ਰਹੇ ਸੀ ਕਿ ਕਰੀਏ ਕੀਰਤਨ ਦਰਬਾਰ ਕਰੀਏ, ਇਸ ਵਿੱਚ ਕੀਰਤਨ ਦਰਬਾਰ 'ਤੇ ਥਾਂ ਥਾਂ ਹੁੰਦੇ ਨੇ ਜੀ, ਕੀਰਤਨ ਦਰਬਾਰ ਦਾ ਵੀ ਅਸੀਂ ਦੇਖਿਆ ਕਿ ਜੇ ਕਿਸੇ ਸੋਸਾਇਟੀ ਨੇ 2 ਲੱਖ ਦੇ ਕੇ ਰਾਗੀ ਮੰਗਾਇਆ ਅਤੇ ਦੂਸਰੇ ਲੱਗ ਰਹੇ, ਹਾਂ ਮੈਂ 3 ਦੇ ਕੇ, ਸੋ ਇਹ ਕੰਪਟੀਸ਼ਨ ਹੈਗਾ ਜੋ ਅਸੀਂ ਫਿਰ ਅਸੀਂ ਸੋਚਿਆ ਨਹੀਂ, ਕੀਰਤਨ ਦਰਬਾਰ ਵੀ ਕਾਫੀ ਹੋ ਰਹੇ ਨੇ, ਸੋ ਸਾਡੇ ਵਿੱਚ ਕੋਈ ਪੜ੍ਹਿਆ ਲਿਖਿਆ ਸੀ ਉਹਨਾਂ ਵਿੱਚੋਂ, ਅਤੇ ਉਹਨੇ ਸੁਜੈਸਟ ਕੀਤਾ ਕਿ ਕਿਉਂ ਨਾ ਅਸੀਂ ਐਜੂਕੇਸ਼ਨ ਬਾਰੇ ਕੁਝ ਸੋਚੀਏ, ਅਤੇ ਉਹਨਾਂ ਨੇ ਉਦਾਹਰਣ ਦਿੱਤਾ ਯਹੂਦੀਆਂ ਦਾ, ਯਹੂਦੀਆਂ ਦੀ ਕੌਮ ਤੁਸੀਂ ਦੇਖ ਲਓ, ਇੱਕ ਉਹਨਾਂ ਦੀ ਹੋਂਦ ਖਤਮ ਹੋਣ 'ਤੇ ਆਈ ਸੀ, ਅਤੇ 2% ਹੀ ਸੀ, ਅਤੇ ਉਹਨਾਂ ਨੇ ਵਿਚਾਰ, ਉਹਨਾਂ ਦੇ ਵੀ ਸਿਆਣਿਆਂ ਨੇ ਵਿਚਾਰ ਕੀਤੀ ਕਿ ਅਸੀਂ ਕੀ ਕਰੀਏ ਹੁਣ, ਕੌਮ ਨੂੰ ਕਿਸ ਤਰ੍ਹਾਂ ਸਰਵਾਈਵਲ ਦੀ ਗੱਲ ਆ ਗਈ ਆ, ਅਤੇ ਉਹਨਾਂ ਨੇ ਜੋ ਨਿਚੋੜ ਕੱਢਿਆ 2 ਚੀਜ਼ਾਂ ਦੇ ਕੇ, ਇੱਕ ਤਾਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਬਾਰੇ ਜਾਣਕਾਰੀ ਦੇਈਏ, ਧਰਮ ਦੇ ਬਾਰੇ ਜ਼ਰੂਰ ਇਹ ਜਾਣਕਾਰੀ ਹੋਣੀ ਚਾਹੀਦੀ, ਦੂਸਰਾ ਅਸੀਂ ਆਪਣੇ ਬੱਚਿਆਂ ਨੂੰ ਜੋ ਅਕੈਡੈਮਿਕਸ ਦੀ ਨਾ ਅੱਛੀ ਤੋਂ ਅੱਛੀ ਵਿੱਦਿਆ ਦੇਈਏ, ਬਿਲਕੁਲ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਦੇ ਜ਼ਮਾਨੇ, ਤਾਂ ਕਿ ਉਹ ਅੱਛੀ ਪੋਸਟ 'ਤੇ ਜਾਣ, ਅਤੇ ਇਸ ਤਰ੍ਹਾਂ ਉਹ ਆਪਣੀ ਕੌਮ ਦਾ ਨਾਮ ਉੱਚਾ ਕਰਨ ਜੀ, ਸੋ ਇਸ ਸੋਚ ਨੂੰ ਹੀ ਲੈ ਕੇ ਇਹ ਸੁਝਾਅ ਆਇਆ ਸੀ, ਕਿਉਂ ਨਾ ਅਸੀਂ ਵੀ ਐਜੂਕੇਸ਼ਨ ਵਾਸਤੇ ਕਰੀਏ, ਸੋ ਹੁਣ ਕੀ ਕਰਨਾ ਸੀ ਉਹ ਵੀ ਪਤਾ ਨਹੀਂ, ਦਿਸ ਵਾਜ਼ ਲਾਈਕ ਟ੍ਰਾਇਲ ਐਂਡ ਐਰਰ, ਚਲੋ ਅਸੀਂ ਕੁਛ ਕਰੀਏ ਅਤੇ ਫਿਰ ਦੇਖਾਂਗੇ ਸਹੀ ਹੋ ਰਿਹਾ ਕਿ ਨਹੀਂ, ਬਿਲਕੁਲ, ਸੋ ਇੱਕ ਉਹਨਾਂ ਨੇ ਕ੍ਰਾਈਟੇਰੀਆ ਕੱਢਿਆ ਕਿ ਚਲੋ 10th ਸਟੈਂਡਰਡ ਇਜ਼ ਵੈਰੀ ਇੰਪੋਰਟੈਂਟ ਬੱਚੇ ਵਾਸਤੇ ਜੋ ਅਕੈਡਮਿਕਸ ਕਰਦੇ, ਪੰਜਾਬ ਦਾ ਤਾਂ ਮੈਨੂੰ ਜ਼ਿਆਦਾ ਪਤਾ ਨਹੀਂ, ਲੇਕਿਨ ਲਾਈਕ ਬੰਬੇ ਵਿੱਚ, ਕਿਉਂਕਿ ਤੁਹਾਨੂੰ 10th ਤੋਂ ਬਾਅਦ ਤੁਹਾਨੂੰ ਫਿਰ ਸਾਇੰਸ ਕਾਮਰਸ ਜੋ ਵੀ ਅੱਗੇ ਲਾਈਨ ਲੈਣੀ ਹੁੰਦੀ ਕਾਲਜ, ਉਸ ਹਿਸਾਬ ਨਾਲ ਜਾਣਾ ਹੁੰਦਾ, ਸੋ ਅਸੀਂ 10th ਤਾਂ ਅਸੀਂ ਕਿਹਾ ਚਲੋ ਜਿਹੜਾ, ਸੋ ਕ੍ਰਾਈਟੇਰੀਆ ਸੀ ਕਿ ਜਿਹੜਾ ਬੱਚਾ 75% ਐਂਡ ਅਬਵ ਲਿਆਵੇ ਉਸਨੂੰ ਅਸੀਂ ਸਤਿਕਾਰ ਫੈਲੀਸਟੇਟ ਕਰਾਂਗੇ, 3-4 ਕੰਡੀਸ਼ਨ ਸੀ, ਇੱਕ ਤਾਂ ਇਹ ਕਿ ਬੱਚਾ ਸਾਬਤ ਸੂਰਤ ਸਿੱਖ ਹੋਵੇ ਜੀ, ਸੈਕਿੰਡ ਸੀ ਕਿ 75% ਐਂਡ ਅਬਵ ਆਵੇ, ਅਤੇ ਅਸੀਂ ਇਹ ਉਪਰਾਲਾ, ਸਰ ਮੈਂ ਇੱਥੇ ਤੁਹਾਨੂੰ ਰੋਕ ਰਿਹਾ, ਸਿਰਫ ਇਹ ਉਪਰਾਲਾ ਸਾਬਤ ਸੂਰਤ ਸਿੱਖਾਂ ਲਈ ਕਿਉਂ, ਕਿ ਜਿਹੜੇ ਹੋਰ ਧਰਮ ਦੇ ਲੋਕ ਨੇ, ਮੁਸਲਮਾਨ ਨੇ, ਈਸਾਈ ਨੇ, ਹਿੰਦੂ ਨੇ, ਹਾਂਜੀ, ਉਹ ਵੀ ਤਾਂ ਸ਼ਾਇਦ ਹੋ ਸਕਦਾ ਕਿਸੇ ਮਾਰ ਦੇ ਥੱਲੇ ਆਉਂਦੇ ਹੋਣ, ਬਿਲਕੁਲ ਬਿਲਕੁਲ, ਸਿੱਖ ਜਿਸ ਤਰ੍ਹਾਂ ਅੱਜ ਵੀ ਦੇਖੋ ਤੁਸੀਂ, ਬਿਲਕੁਲ, ਸਾਡੀ ਸਿੱਖ ਸੰਸਥਾ ਖਾਲਸਾ ਏਡ ਅੱਜ ਕਿੱਥੇ ਜਾ ਕੇ ਸੇਵਾ ਨਿਭਾ ਰਹੀ ਹੈ, ਬਿਲਕੁਲ, ਅਤੇ ਇਹ ਅੱਜ ਦਿਮਾਗ 'ਚ ਕਿਸ ਤਰ੍ਹਾਂ ਆਇਆ ਕਿ ਸਿਰਫ ਸਾਬਤ ਸੂਰਤ ਹੀ, ਤੁਸੀਂ ਦੂਸਰਿਆਂ ਨੂੰ ਕਿਉਂ ਨਹੀਂ ਐਜੂਕੇਸ਼ਨ ਜਿਹੜੀ ਪ੍ਰਦਾਨ ਕੀਤੀ? ਹਾਂਜੀ, ਮੈਂ ਆ ਰਿਹਾ ਉਸ, ਆਲ ਟੱਚ ਦੈਟ, ਮੈਂ ਸ਼ੁਰੂਆਤ ਤੋਂ ਤੁਹਾਨੂੰ ਮੈਂ ਜਰਨੀ ਥੋੜ੍ਹੀ ਦੱਸਦਾ, ਉਹ ਜਰਨੀ ਸਾਡੀ ਇਹ ਵੀ ਕਵਰ ਕਰੇਗੀ, ਓਕੇ, ਹਰ ਸਾਲ ਜੱਥੇ ਦਾ ਵੀ ਵਿਕਾਸ ਹੁੰਦਾ ਰਿਹਾ, ਕਿਉਂਕਿ ਅਸੀਂ ਕਹਿੰਦੇ ਐਜੂਕੇਸ਼ਨ ਬਾਰੇ, ਅਸੀਂ ਜੱਥੇ ਦੇ ਸਾਰੇ ਮੈਂਬਰ, ਅਸੀਂ ਸਭ ਕੰਮ ਕਾਜ ਬਾਰੇ, ਨੌਕਰੀ ਵਾਲੇ, ਕੋਈ ਪ੍ਰੋਫੈਸ਼ਨਲ ਨਹੀਂ ਜੱਥੇ ਐਸ ਸੱਚ ਜੀ, ਭਾਵੇਂ ਅਸੀਂ ਐਜੂਕੇਸ਼ਨ ਦੀ ਗੱਲ ਕਰੇ, ਲੇਕਿਨ ਸਾਡੇ 'ਚ ਕੋਈ ਐਸ ਐਜੂਕੇਸ਼ਨ ਦੀ ਫੀਲਡ 'ਚ ਪ੍ਰੋਫੈਸ਼ਨਲ ਕੋਈ ਨਹੀਂ, ਹਾਲੀ ਵੀ ਨਹੀਂ ਹੈ ਜੀ, ਪਰ ਇਹ ਸੋਚ ਸੀ ਕਿ ਚਲੋ ਕਰੀਏ ਕੁਛ, ਮੈਂ ਕਿਹਾ ਨਾ ਕਦਮ ਇੱਕ ਚੁੱਕੇ, ਸੋ ਇੱਕ ਕ੍ਰਾਈਟੀਰੀਆ ਕਿ ਅਸੀਂ ਸ਼ੁਰੂਆਤ ਕੀਤੀ ਸਾਬਤ ਸੂਰਤ ਸਿੱਖ ਬੱਚਿਆਂ ਤੋਂ, ਅਤੇ ਸਾਨੂੰ ਉਦੋਂ ਇਹ ਵੀ ਉਮੀਦ ਨਹੀਂ ਸੀ ਕਿ ਸਿੱਖ ਬੱਚੇ ਇੰਨੇ ਲਿਆਉਣਗੇ ਵੀ ਕਿ ਨਹੀਂ, ਸੋ ਅਸੀਂ ਐਕਸਪੈਕਟ ਕੀਤਾ ਸੀ 4-5 ਆਉਣਗੇ, ਲੇਕਿਨ ਸਾਨੂੰ ਪਹਿਲੇ ਸਾਲ ਹੀ 33 ਬੱਚੇ ਮਿਲ ਗਏ ਸੀ, ਕਿਆ ਬਾਤ, ਸਾਡੀ ਸੋਚ ਉੱਥੇ ਤੱਕ ਹੀ ਸੀਮਤ ਸੀ ਹਾਲੀ, ਮੈਂ ਤੁਹਾਨੂੰ ਫਰੈਂਕਲੀ ਗੱਲ ਦੱਸਾਂ, ਕੋਈ ਵੀ ਚੀਜ਼ ਜੱਥੇ ਬਾਰੇ ਅਸੀਂ ਗੱਲ ਕਰਦੇ ਤਾਂ ਜੱਥੇ ਦੀ ਹਾਲੀ ਵੀ ਅੱਜ ਦੇ ਸਮੇਂ ਵਿੱਚ ਵੀ ਕਿਸੇ ਨੂੰ ਪੁੱਛੇ ਜੱਥਾ, ਉਹਨੂੰ ਫਿਰ ਇਹੀ ਲੱਗਦਾ ਜੱਥਾ ਬਸ ਇਹ ਗੁਰਦੁਆਰਿਆਂ ਦੀ ਲੰਗਰ ਦੀ, ਇਹੀ ਇਸ ਤੋਂ ਬਾਹਰ ਹਾਲੀ ਨਹੀਂ ਆ,
ਸੋ ਸਾਡੇ ਜੱਥੇ ਵਿੱਚ ਵੀ ਕਾਫੀ ਵਿਰੋਧ ਹੋਇਆ ਸੀ ਕਿ ਤੁਸੀਂ ਐਜੂਕੇਸ਼ਨ ਕੀ ਤੁਸੀਂ ਆਪਣਾ ਗੁਰਮਤ ਵਿੱਚ ਹੀ ਲੱਗੇ ਰਹੋ, ਗੁਰਮਤ ਪ੍ਰਚਾਰ 'ਚ ਲੱਗੋ ਤੁਸੀਂ, ਕਿ ਉੱਥੇ ਵੀ ਸਾਨੂੰ ਕੜਾ ਵਿਰੋਧ ਆਇਆ ਸੀ, ਲੇਕਿਨ ਚਲੋ ਉਹ ਟਲ ਗਿਆ ਉਹ ਸਮਾਂ। ਸੋ ਅਸੀਂ ਸਾਡਾ ਸੀ ਕਿ ਸਿਰਫ ਇੱਕ ਵਾਰ ਅਸੀਂ ਕਰਨਾ ਹੈ, 50 ਸਾਲ ਹੋ ਗਏ ਨੇ, ਲੇਕਿਨ ਉਸ ਤੋਂ ਬਾਅਦ ਸਾਨੂੰ ਕਾਲਜ ਆਉਣੇ ਸ਼ੁਰੂ ਹੋ ਗਏ ਨੈਕਸਟ ਈਅਰ, ਇਸ ਸਾਲ ਵੀ ਤੁਸੀਂ ਰੱਖ ਰਹੇ ਹੋ, ਫਿਰ ਸਾਨੂੰ ਕਰਨਾ ਪਿਆ। ਸੋ ਕਰਦੇ ਕਰਦੇ ਅਸੀਂ ਹੁਣ ਸਾਨੂੰ 11 ਸਾਲ ਹੋ ਗਏ, ਅਤੇ ਹੁਣ ਤੱਕ ਅਸੀਂ ਕਰੀਬਨ 2000 ਸਟੂਡੈਂਟਸ ਨੂੰ ਫੈਲੀਸਟੇਟ ਕਰ ਚੁੱਕੇ ਹਾਂ। ਉਹ ਵੀ ਕਿਸ ਤਰ੍ਹਾਂ ਕਰਦੇ, ਅਸੀਂ ਜੋ ਵੀ ਬੱਚਾ ਆਉਂਦਾ ਅਸੀਂ ਫੋਰਮ ਭਰਾ ਕੇ ਗੁਰਦੁਆਰਾ ਦਾਦਰ ਜਿਹੜਾ ਹੈਗਾ ਮੇਨ ਅਗੇਨ ਸੈਂਟਰਲ ਗੁਰਦੁਆਰਾ, ਬੱਚੇ ਨੂੰ ਉੱਥੇ ਮਹਾਰਾਜ ਦੀ ਹਜ਼ੂਰੀ ਵਿੱਚ ਸਿਰ ਪਾ ਦਿੰਦੇ ਹਾਂ ਜੀ। ਉਹ ਬੱਚੇ ਦੇ ਨਾਮ ਦੀ ਟਰੋਫੀ ਹੁੰਦੀ, ਉਹ ਬੱਚੇ ਦਾ ਨਾਮ ਲਿਖਿਆ ਹੁੰਦਾ, ਪਰਸੈਂਟੇਜ ਲਿਖਿਆ ਹੁੰਦਾ, ਅਤੇ ਅਸੀਂ ਉੱਥੇ ਉਸਨੂੰ, ਅਤੇ ਸ਼ੁਰੂਆਤ ਅਸੀਂ ਕਿਤੇ ਸਿਰਫ ਬੱਚੇ ਨੂੰ ਬੁਲਾਉਂਦੇ ਸੀ ਸਟੇਜ 'ਤੇ, ਫਿਰ ਕਿਸੇ ਨੇ ਸੰਗਤ ਸਾਨੂੰ ਜਿਸ ਤਰ੍ਹਾਂ ਫੀਡਬੈਕ ਮਿਲਦੀ ਨਾ, ਹਰ ਸਾਲ ਅਸੀਂ ਵੀ ਇਵੋਲਵ ਕਰਦੇ ਰਹੇ, ਸਰ ਕਿਸੇ ਨੇ ਕਿਹਾ ਨਹੀਂ ਤੁਸੀਂ ਫੈਮਲੀਜ਼ ਨੂੰ ਵੀ ਬੁਲਾਓ। ਸੋ ਹੁਣ ਕਈ ਵਾਰੀ ਬੱਚਾ ਜਦੋਂ ਹੁਣ ਆਉਂਦਾ, 9-9, 10-10 ਜਣੇ ਉਹਦੇ ਨਾਲ ਹੁੰਦੇ ਫੋਟੋ, ਪਰਿਵਾਰਾਂ ਨੂੰ ਵੀ ਅੱਛਾ ਲੱਗਦਾ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸਾਡੇ ਬੱਚੇ ਨੂੰ ਹਿੱਸਾ ਹੈਗਾ ਜੀ। ਮੈਂ ਇੱਥੇ ਰੋਕਣਾ ਚਾਹਾਂਗਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਇੱਕ ਵਕਤ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਕਿਉਂਕਿ ਜਿਹੜੇ ਤੁਸੀਂ ਮਨੁੱਖਤਾ ਦੀ ਸੇਵਾ ਦੇ ਲਈ ਕੰਮ ਕਰ ਰਹੇ ਹੋ, ਮੈਨੂੰ ਇਹ ਜਾਪਦਾ ਕਿ ਇਸ ਤਰ੍ਹਾਂ ਦੀ ਸੇਵਾ ਹੋਰ ਵੀ ਲੋਕਾਂ ਨੂੰ ਕਰਨੀ ਚਾਹੀਦੀ, ਕਿਉਂਕਿ ਜਿਹੜਾ ਬੰਦਾ ਆਪਣੀ ਫੀਲਡ ਦੇ ਵਿੱਚ ਮਾਹਿਰ ਹੋਵੇ ਜਾਂ ਜਿਹਦੇ ਕੋਲ ਉਹ ਗੁਣ ਹੋਵੇ, ਜਿਸ ਤਰ੍ਹਾਂ ਤੁਹਾਡੇ ਕੋਲ ਐਜੂਕੇਸ਼ਨ ਦਾ ਗੁਣ ਤਾਂ ਸੀਗਾ ਭਾਵੇਂ ਫੀਲਡ ਨਹੀਂ ਸੀ, ਗੁਣ ਤੁਸੀਂ ਅੱਗੇ ਬੰਦਿਆ ਜੀ। ਸੋ ਗੱਲਾਂ ਪਤਾ ਕਰਾਂਗੇ, ਫਿਲਹਾਲ ਵਕਤ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਤੁਸੀਂ ਕਿਤੇ ਨਾ ਜਾਇਓ, ਅਸੀਂ ਹੁਣੇ ਗਏ ਅਤੇ ਹੁਣੇ ਆਏ। ਖਾਸ ਮੁਲਾਕਾਤ।